ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਵੱਖੋ ਵੱਖ ਜਿਹੜੇ ਰੰਗ ਨੇ ਦੇਖਣ ਨੂੰ ਮਿਲ ਰਹੇ ਨੇ ਤੇ ਇੱਕ ਅਜਿਹਾ ਵੀ ਰੰਗ ਇੱਥੇ ਆ। ਕੁਝ ਨੌਜਵਾਨ ਇੱਥੇ ਮੌਜੂਦ ਨੇ, ਸੰਗਤਾਂ ਦੇ ਵਿੱਚ ਖੜੇ ਨੇ, ਉਹਨਾਂ ਦੇ ਹੱਥਾਂ 'ਚ ਬੈਨਰ ਨੇ, ਬੈਨਰ ਦੇ ਉੱਤੇ ਸਲੋਗਨ ਲਿਖੇ ਹੋਏ ਨੇ, ਮੈਂ ਇੱਥੇ ਗੁਰੂ ਦੀ ਖੁਸ਼ੀ ਲੈਣ ਆਇਆ ਹਾਂ ਜਾਂ ਘੁੰਮਣ ਫਿਰਨ, ਇਹੋ ਜਿਹੜੇ ਥੋਟਸ ਨੇ ਉਹਨਾਂ ਦੇ ਬੈਨਰ ਦੇ ਉੱਤੇ ਲਿਖੇ ਹੋਏ ਨੇ। ਕਿਰਤ ਕਰੋ ਲੀਡਰਾਂ ਦੇ ਡੇਰਿਆਂ ਦੇ ਮਗਰ, ਨਾ ਲੱਗੀਏ ਕਿਰਤ ਕਰੀਏ ਅਤੇ ਕਿਰਤੀ ਬਣੀਏ, ਇਹੋ ਜਿਹੜੇ ਵਿਚਾਰ ਨੇ ਆ ਨੌਜਵਾਨਾਂ ਵੱਲੋਂ ਬੈਨਰ ਰਾਹੀਂ ਜਿਹੜੇ ਆ ਦਰਸਾਏ ਗਏ ਨੇ, ਅਵੇਅਰ ਕਰ ਰਹੇ ਨੇ ਲੋਕਾਂ ਨੂੰ। ਅਸੀਂ ਉਹਨਾਂ ਤੋਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਹਰਪ੍ਰੀਤ ਜੀ, ਇਹੋ ਜਿਹੜੇ ਥੋਟਸ ਤੁਸੀਂ ਬੈਨਰਾਂ 'ਤੇ ਲਿਖੇ ਹੋਏ ਨੇ, ਲੋਕਾਂ ਨੂੰ ਅਵੇਅਰ ਕਰ ਰਹੇ ਹੋ, ਕਿਵੇਂ ਤੁਹਾਡੇ ਦਿਮਾਗ 'ਚ ਆਇਆ? ਵੀਰ ਜੀ, ਜਦੋਂ ਸੋਚਦੇ ਹਾਂ ਕਿ ਕੁਛ ਕਰਨਾ ਹੈ, ਅਸੀਂ ਕੁਛ ਕਰਨ ਦੇ ਜਜ਼ਬੇ ਨਾਲ ਅਸੀਂ ਦਿਮਾਗ ਨੂੰ ਅੱਜ ਨੂੰ ਲਾਉਂਦੇ ਹਾਂ ਅਤੇ ਮੈਨੂੰ ਲੱਗਦਾ ਥੋਸ ਆਪਣੇ ਆਪ ਪੈਦਾ ਹੋ ਜਾਂਦੇ ਜੀ। ਅਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ 7-8 ਸਾਲ ਤੋਂ ਇਹ ਲਗਭਗ ਸੇਵਾ ਕਰ ਰਹੇ ਹਾਂ ਅਤੇ ਨਵੇਂ ਨਵੇਂ ਥੋਸ ਸਾਡੇ ਦਿਮਾਗ ਦੇ ਅੰਦਰ ਆਉਂਦੇ ਰਹਿੰਦੇ ਆ। ਜਿਵੇਂ ਉਹਨਾਂ ਕਿਰਤ ਕਰੋ ਦਾ, ਨਾਮ ਜਪੋ, ਵੰਡ ਛਕੋ, ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੀਗਾ ਅਤੇ ਅਸੀਂ ਇਹ ਦਿਮਾਗ ਦੇ ਅੰਦਰ ਲਿਆਂਦਾ ਕਿ ਕਿਉਂ ਨਾ ਅਸੀਂ 550 ਸਾਲ ਹੈ ਅਤੇ ਇਹਦੇ ਕੁਛ ਥੋਟਸ ਬਣਾਈਏ ਅਤੇ ਕਿਰਤ ਕਰੋ ਦਾ ਬਣਾਇਆ ਅਸੀਂ ਵੀ ਕਿਰਤ ਕਰੀਏ, ਹੈ ਨਾ, ਲੀਡਰਾਂ ਦੇ ਡੇਰਿਆਂ ਦੇ ਮਗਰ ਨਾ ਲੱਗੀਏ, ਕਿਰਤ ਕਰੀਏ ਅਤੇ ਕਿਰਤੀ ਬਣੀਏ। ਵੰਡ ਛੋਕੇ ਵਾਲਾ ਬੋਰਡ ਵੀ ਇੱਕ ਵੀਰ ਲੈ ਕੇ ਸਾਡਾ ਫਿਰ ਰਿਹਾ, ਉਹ 'ਤੇ ਲਿਖਿਆ ਹੋਇਆ ਕਿ ਅਸੀਂ ਇਕੱਲੀਆਂ ਲੰਗਰ ਹੀ ਨਾ ਵੰਡੀਏ ਅਤੇ ਕੰਮਕਾਰ ਵੀ ਵੰਡੀਏ, ਸੰਗਤ ਨੂੰ ਕਿਰਤ ਵੀ ਵੰਡੀਏ ਤਾਂ ਕਿ ਸਾਡੇ ਜਿਹੜੇ ਅੱਜ ਬੇਰੁਜ਼ਗਾਰੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਆਮ ਅਸੀਂ ਦੇਖਣ ਨੂੰ ਮਿਲ ਰਹੀ ਹੈ ਅਤੇ ਉਹ ਬੇਰੁਜ਼ਗਾਰੀ ਤੋਂ ਦੂਰ ਕਰਨੀ ਹੈ ਤਾਂ ਮੈਨੂੰ ਲੱਗਦਾ ਵੀ ਜ਼ਰੂਰੀ ਹੈ ਕਿਰਤ ਵੰਡਣੀ। ਬੈਨਰਾਂ ਨੂੰ ਦੇਖ ਕੇ ਸੰਗਤਾਂ ਅਵੇਅਰ ਹੋ ਰਹੀਆਂ ਨੇ, ਸੰਗਤਾਂ ਥੋਟਸ ਪੜ੍ਹ ਕੇ ਕੀ ਆਪਣੇ ਵਿਚਾਰ ਦੱਸ ਰਹੀਆਂ ਨੇ ਤੁਹਾਨੂੰ? ਤੁਹਾਨੂੰ ਥੋੜ੍ਹਾ ਜਿਹਾ ਇੱਕ ਮੈਂ ਦੱਸ ਦਿੰਦਾ, ਇਹਦੀ ਐਗਜ਼ਾਮਪਲ ਇੱਕ ਛੋਟੀ ਜਿਹੀ ਦੇ ਦਿੰਦਾ ਜੀ। ਅੱਜ ਤੋਂ ਥੋੜ੍ਹੀ ਦੇਰ ਪਹਿਲਾਂ ਹੀ 7-8 ਸਾਲ ਪਹਿਲਾਂ ਜਦੋਂ ਇਹ ਸ਼ੁਰੂ ਕੀਤਾ ਸੀਗਾ ਤਾਂ ਇਹ ਕਾਨਫਰੰਸਾਂ ਦਾ ਬੜਾ ਜ਼ਿਆਦਾ ਵਿਰੋਧ ਕੀਤਾ ਸੀ, ਉਹਨਾਂ ਦੇ ਇੱਕ ਬੋਰਡ ਲਈ ਸਾਡਾ ਫੜਿਆ ਹੁੰਦਾ ਸੀ ਵੀ ਆਪਾਂ ਲੰਗਰ ਛਕਣ ਜਾਂ ਕਾਨਫਰੰਸ ਹੁਣ ਨਾ ਜਾਈਏ, ਗੁਰੂ ਦੀ ਖੁਸ਼ੀ ਲੈਣ ਜਾਈਏ। ਜਿਹੜਾ ਕਾਨਫਰੰਸ ਦਾ ਲਫ਼ਜ਼ ਸੀਗਾ ਉਹ ਇੰਨਾ ਜ਼ਿਆਦਾ ਲੋਕਾਂ ਨੇ ਆਪਣੇ ਆਪ ਦੇ ਅੰਦਰ ਵਸਾਇਆ ਕਿ ਕਾਨਫਰੰਸਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਉਹ ਫੋਟੋਆਂ ਸਾਡੀਆਂ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਬੜੀਆਂ ਲੋਕਾਂ ਨੇ ਸ਼ੇਅਰ ਕੀਤੀਆਂ ਅਤੇ ਉਹ ਅੱਜ ਸਾਨੂੰ ਦਿਖ ਵੀ ਰਿਹਾ ਕਿ ਕਾਨਫਰੰਸਾਂ ਕਾਫੀ ਹੱਦ ਤੱਕ ਮੇਲਿਆਂ ਦੇ ਉੱਤੋਂ ਬੰਦ ਹੋ ਰਹੀਆਂ। ਹੁਣ ਮੁਕਤਸਰ ਸਾਹਿਬ ਦੇ ਮੇਲੇ 'ਤੇ ਵੀ ਇਕੱਲੀ ਅਕਾਲੀਆਂ ਦੀ ਕਾਨਫਰੰਸ ਸੀਗੀ, ਕਾਂਗਰਸ ਨੇ ਕਾਨਫਰੰਸ ਬੰਦ ਕਰਤੀ, ਫਤਿਹਗੜ੍ਹ ਸਾਹਿਬ ਤੋਂ ਕਾਨਫਰੰਸਾਂ ਬੰਦ ਹੋਈਆਂ, ਇੱਥੇ ਵੀ ਕਾਨਫਰੰਸਾਂ ਬੰਦ ਹੋਈਆਂ। ਮੈਨੂੰ ਲੱਗਦਾ ਵੀ ਅਵੇਅਰ ਹੋ ਰਹੇ ਆ ਤਾਂ ਹੀ ਇਹ ਚੀਜ਼ਾਂ ਹੋ ਰਹੀਆਂ ਜੀ, ਵੈਸੇ ਤਾਂ ਹੋਣੀਆਂ ਬੜੀਆਂ ਮੁਸ਼ਕਲ ਇਹ ਚੀਜ਼ਾਂ। ਲੱਗਦਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹੋ ਜਿਹੇ ਪ੍ਰਬੰਧ ਕਰਨੇ ਚਾਹੀਦੇ ਨੇ, ਪਰ ਉਹਨਾਂ ਦੀ ਬਜਾਏ ਤੁਸੀਂ ਜਿਹੜੇ ਨੌਜਵਾਨ ਨੇ ਉਹ ਇਹੋ ਜਿਹੇ ਬੈਨਰ ਲੈ ਕੇ ਘੁੰਮ ਰਹੇ ਨੇ, ਕਿਤੇ ਲੱਗਦਾ ਨਹੀਂ ਤੁਹਾਨੂੰ? ਕਿਤੇ ਨਾ ਕਿਤੇ ਲੱਗਦਾ ਤਾਂ ਹੈ, ਕਰਨੇ ਚਾਹੀਦੇ ਆ, ਪਰ ਉਹਨਾਂ ਨੂੰ ਜਿਹੜਾ ਇਹ ਬੋਰਡ ਵੇਖ ਕੇ ਮੁਸ਼ਕਲ ਆ ਜਾਣੀ ਹੈ ਜੀ, ਕਿਉਂਕਿ ਸਾਡੇ ਇੱਕ ਵੀਰ ਨੇ ਵੀ ਬੋਰਡ ਜਿਹੜਾ ਫੜਿਆ ਹੋਇਆ ਕਿ ਅਸੀਂ ਇੱਥੇ ਲੀਡਰ ਪ੍ਰਧਾਨ ਬਣਨਾ ਹੈ ਜਾਂ ਗੁਰੂ ਘਰ ਦੀ ਖੁਸ਼ੀ ਲੈਣ ਆਏ ਹਾਂ, ਅਤੇ ਮੈਨੂੰ ਲੱਗਦਾ ਵੀ ਜਦੋਂ ਕੋਈ ਵੀ ਸਾਡਾ SGPC ਮੈਂਬਰ ਹੋਵੇ ਜਾਂ ਕੋਈ ਵੀ ਹੋਰ ਜਿਹੜਾ ਆਉਂਦੇ ਆ ਅਤੇ ਇਹ ਗੱਡੀਆਂ 'ਤੇ ਆਉਣਾ ਅਤੇ ਗੱਡੀਆਂ 'ਤੇ ਬਹਿ ਕੇ ਚਲੇ ਜਾਣਾ ਅਤੇ ਸੰਗਤ ਵੀ ਤੰਗ ਹੁੰਦੀ ਆ ਉਹ ਚੀਜ਼ ਨਾਲ, ਅਤੇ ਜਦੋਂ ਤੱਕ ਅਸੀਂ ਲੀਡਰ ਪ੍ਰਧਾਨਗੀ ਆਪਦੇ ਅੰਦਰੋਂ ਨਹੀਂ ਕੱਢਦੇ ਤਾਂ ਸੇਵਾ ਬਾਰੇ ਅਸੀਂ ਸੋਚ ਹੀ ਨਹੀਂ ਸਕਦੇ ਕਿ ਜੇ ਸੇਵਾ ਸੋਚਣੀ ਚਾਹੁੰਦੇ ਹਾਂ ਤਾਂ ਲੀਡਰੀ ਪ੍ਰਧਾਨਗੀ ਪਹਿਲਾਂ ਆਪਾਂ ਨੂੰ ਇਹ ਕੱਢਣੀ ਪਊਗੀ ਆਪਦੇ ਅੰਦਰੋਂ ਹੀ। ਕਹਿੰਦੇ ਕਿ ਗੁਰਦੁਆਰਿਆਂ 'ਤੇ ਵੀ ਸਿਆਸਤ ਖੇਡੀ ਜਾਂਦੀ ਆ, ਹੂਟਰ ਵਾਲੀਆਂ ਗੱਡੀਆਂ ਆਉਂਦੀਆਂ, ਮੱਥਾ ਟੇਕਦੀਆਂ VIP ਰਸਤੇ ਨਾਲੋਂ ਅਤੇ ਫਿਰ ਚਲੇ ਜਾਂਦੀਆਂ ਆ ਕੇ। ਹਾਂ, ਫਿਰ ਉਹੀ ਨਹੀਂ, ਮੈਂ ਉਹੀ ਤੱਕ ਗੱਲ ਦੱਸ ਰਿਹਾ ਵੀ ਪਹਿਲਾਂ ਆਪਦੇ ਅੰਦਰੋਂ ਇਹ ਲੀਡਰੀ ਜਿਹੜੀ ਪ੍ਰਧਾਨਗੀ ਸਾਨੂੰ ਕੱਢਣੀ ਪਊਗੀ, ਅਸੀਂ ਕਿਤੇ ਨਾ ਕਿਤੇ ਸੰਗਤ ਦੇ ਵਿੱਚ ਵਿਚਰ ਕੇ ਸੰਗਤ ਦੇ ਨਾਲ ਨੋਰਮਲ ਰਹਿ ਕੇ ਅਤੇ ਫਿਰ ਹੀ ਇਹ ਅਸੀਂ ਸੇਵਾਵਾਂ ਕਰ ਸਕਦੇ ਹਾਂ, ਫਿਰ ਹੀ ਅਸੀਂ ਇਹ ਸੇਵਾਵਾਂ ਦੇ ਪ੍ਰਤੀ ਸੋਚ ਸਕਦੇ ਹਾਂ। ਜੇ ਅਸੀਂ ਖੁਦ ਇਹ ਬੋਰਡ ਫੜਿਆ ਹੋਇਆ ਤਾਂ ਮੈਨੂੰ ਲੱਗਦਾ ਜੇ ਅਸੀਂ ਖੁਦ ਹੀ ਪ੍ਰਧਾਨਗੀ ਕਰਦੇ ਹੋਵਾਂਗੇ ਅਤੇ ਖੁਦ VIP ਰਸਤੇ ਤੋਂ ਜਾਵਾਂਗੇ ਅਤੇ ਫਿਰ ਤਾਂ ਗੱਲ ਨਹੀਂ ਬਣਨੀ ਗੀ। ਤਾਂ ਕਰਕੇ ਮੈਂ ਕਹਿੰਦਾ ਵੀ SGPC ਨੂੰ ਕਰਨਾ ਚਾਹੀਦਾ, ਪਰ ਨਾਲ ਆਪਦੀਆਂ ਪ੍ਰਧਾਨਗੀਆਂ ਛੱਡ ਕੇ, ਆਪਦੀਆਂ ਲੀਡਰੀਆਂ ਛੱਡ ਕੇ, ਆਪਦੀ ਅੰਦਰਲੀਆਂ ਕੁਰਸੀਆਂ ਛੱਡ ਕੇ ਬਾਹਰ ਸੰਗਤ ਦੇ ਵਿੱਚ ਵਿਚਰਨਾ ਚਾਹੀਦਾ, ਸੰਗਤ ਵਿੱਚ ਆ ਕੇ ਸੇਵਾਵਾਂ ਕਰਨੀਆਂ ਚਾਹੀਦੀਆਂ ਅਤੇ ਫਿਰ ਜ਼ਿਆਦਾ ਵਧੀਆ। ਜਿਹੜੇ ਮੇਰੇ ਵੀਰ ਨੌਜਵਾਨ ਸੁਣੀ ਜਾਂਦੇ ਆ, ਹੈ ਨਾ, ਕੇਸ ਕਟਾਏ ਹੋਏ ਆ, ਤਾਂ ਮੈਨੂੰ ਲੱਗਦਾ ਇਹਨਾਂ 'ਤੇ ਜ਼ਿਆਦਾ ਅਸਰ ਹੋਊਗਾ ਕਿ ਜੇ ਕਿਤੇ ਇਹ SGPC ਵਾਲੇ ਖੁਦ ਕਰਨ ਜਾਂ SGPC ਇਹ ਚੱਕੇ ਤਾਂ ਜ਼ਰੂਰ ਅਸਰ ਹੋਊਗਾ ਜੀ ਇਹ ਬੋਰਡਾਂ ਨੂੰ। ਕਿ ਇਹ ਨੌਜਵਾਨਾਂ ਨੇ ਦੱਸਿਆ ਕਿ ਜਿਹੜੇ ਇਹ ਕਦਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕੇ ਜਾਣੇ ਚਾਹੀਦੇ ਨੇ, ਪਰ ਇਹ ਜਿਹੜੇ ਨੌਜਵਾਨ ਨੇ ਇਹ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਨੇ ਅਤੇ ਉਮੀਦ ਕਰ ਰਹੇ ਨੇ ਕਿ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਣਗੇ ਅਤੇ ਆਪਣੀ ਸਿੱਖੀ ਦੇ ਨਾਲ ਜੁੜਨਗੇ। ਕੈਮਰਾ ਪਰਸਨ ਡਿੰਪਲ ਦੇ ਨਾਲ ਅਮਨਦੀਪ ਸਿੰਘ, ਅਜੀਤ ਵੈਬ TV, ਸ਼੍ਰੀ ਅਨੰਦਪੁਰ ਸਾਹਿਬ।